ਲੱਗਦਾ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਲੈ ਕੇ ਬੀਜੇਪੀ ਵਿਧਾਇਕ ਜ਼ਿਆਦਾ ਹੀ ਖੁਸ਼ ਨਜ਼ਰ ਆ ਰਹੇ ਨੇ, ਪਰ ਜੇਕਰ ਗੱਲ ਕਰੀਏ ਬੀਜੇਪੀ ਵਿਧਾਇਕ ਵਿਕਰਮ ਸੈਣੀ ਦੀ ਤਾਂ ਉਹ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ਦਾ ਵਿਸ਼ੇ ਬਣੇ ਰਹਿੰਦੇ ਨੇ। ਤੇ ਇੱਕ ਵਾਰ ਫੇਰ ਧਾਰਾ 370 ਖਤਮ ਹੋਣ ਤੇ ਵਿਕਰਮ ਸੈਣੀ ਦਾ ਆਇਆ ਕੁਝ ਇਹੋ ਜਿਹਾ ਰਿਐਕਸ਼ਨ ਕਿ ਉਹ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ 'ਚ ਨੇ। ਅਸੀਂ ਗੱਲ ਕਰ ਰਹੇ ਹਾਂ ਉੱਤਰ ਪ੍ਰਦੇਸ਼ ਮੁਜ਼ੱਫਰਨਗਰ ਦੇ ਬੀਜੇਪੀ ਵਿਧਾਇਕ ਵਿਕਰਮ ਸੈਣੀ ਦੀ, ਜੋ ਕਿ ਧਾਰਾ 370 ਖਤਮ ਹੋਣ ਤੇ ਇੰਨੇ ਖੁਸ਼ ਹੋ ਗਏ ਕਿ ਦੇ ਦਿੱਤਾ ਵਿਵਾਦਿਤ ਬਿਆਨ। ਸਭਾ ਦਾ ਕਾਰਜਕਰਤਾ ਬਹੁਤ ਉਤਸੁਕ ਹੈ, ਪਰ ਜੋ ਕੁਆ ਰਹੇ ਹੈ ਉਹਦੀ ਸਾਥੀ ਹੋਈ ਕਰਾ ਦੇ, ਮੈਨੂੰ ਕੋਈ ਦਿੱਕਤ ਨਹੀਂ। ਕਿਆ ਦਿੱਕਤ ਹੈ? ਪਹਿਲਾਂ ਵਾਂਗ ਦੇਖੋ ਕਿੱਦਾਂ ਮਹਿਲਾ ਉੱਪਰ ਕਿੱਦਾਂ ਅਤਿਆਚਾਰ ਥਾ, ਵਾਂ ਕੀ ਲੜਕੀ ਹੈ ਤੇ ਕਿਸੀ ਉੱਤਰ ਪ੍ਰਦੇਸ਼ ਕੇ ਛੋਰੇ ਸੇ ਸ਼ਾਦੀ ਕਰ ਲੇ ਤੋ ਉਸਕੀ ਨਾਗਰਿਕਤਾ ਖਤਮ, ਬਾਹਰ ਕੀ ਨਾਗਰਿਕਤਾ ਅਲੱਗ, ਕਸ਼ਮੀਰ ਕੀ ਅਲੱਗ, ਯਾਨੀ ਏਕ ਦੇਸ਼ ਦੋ ਵਿਧਾਨ ਕੈਸੇ ਹੋਣਾ ਚਾਹੀਏ। ਔਰ ਜੋ ਮੁਸਲਿਮ ਕਾਰਜਕਰਤਾ ਹੈ ਅਗਰ ਇੱਕ ਦੋ ਯਹਾਂ ਬੈਠਾ ਹੋ ਰਹੇ ਤੋ ਖੁਸ਼ੀ ਮਨਾਉਣੀ ਚਾਹੀਏ। ਸਾਧੂ ਵਾਂ ਕਰਾਉਣਾ ਕਸ਼ਮੀਰੀ ਗੋਰੀ ਲੜਕੀ ਸਰ, ਖੁਸ਼ੀ ਮਨਾਉਣੀ ਚਾਹੀਏ ਉਹਨਾਂ ਨੇ, ਪੂਰੇ ਚਾਹੇ ਹਿੰਦੂ ਮੁਸਲਮਾਨ ਕੋਈ ਹੋ, ਇਹ ਪੂਰੇ ਦੇਸ਼ ਕੇ ਲੀਏ। ਇਸ ਵਿਵਾਦਿਤ ਬਿਆਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਨੇ ਟਵੀਟ ਕਰ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਤੇ ਨਾਲ ਹੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ। ਬਾਲੀਵੁੱਡ ਅਦਾਕਾਰਾ ਦੇ ਇਸ ਬਿਆਨ ਨੇ ਵਿਕਰਮ ਸੈਣੀ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਇਆ ਚੁੱਪ ਕਰਾ ਦਿੱਤਾ ਹੈ।